ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਅੱਜ ਤੁਹਾਨੂੰ ਸੈਰ ਕਰਾਉਂਦੇ ਹਾਂ ਤੀਬਾ ਤਾਬੂ ਦੀ, ਜੋ ਕਿ ਬਾਰਸੀਲੋਨਾ ਦੀ ਮੋਸਟ ਫੇਮਸ ਪਲੇਸ ਆ ਅਤੇ ਕਾਫੀ ਜ਼ਿਆਦਾ ਹਾਈਟ ਦੇ ਉੱਪਰ ਆ। ਇੱਥੇ ਪਹੁੰਚਣ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਟਰੋ ਲੈਣੀ ਪਏਗੀ, ਫੇਰ ਲੈਣੀ ਪਏਗੀ ਤੁਹਾਨੂੰ ਬੱਸ, ਅਤੇ ਨਾਲ ਫਿਰ ਉਸ ਤੋਂ ਬਾਅਦ ਤੁਹਾਨੂੰ ਲੈਣੀ ਪੈਣੀ ਹੈ ਕੇਬਲ ਕਾਰ, ਜੋ ਕਿ ਤੁਹਾਨੂੰ ਬਿਲਕੁਲ ਉੱਪਰ ਹਾਈਟ 'ਤੇ ਲੈ ਕੇ ਜਾਂਦੀ ਆ। ਅਤੇ ਬਾਕੀ ਤੁਹਾਨੂੰ ਸਾਰਾ ਨਾਲ ਨਾਲ ਗਾਈਡ ਕਰਦੇ ਹਾਂ ਕਿੱਥੇ ਜਾਣਾ ਤੁਸੀਂ। ਸਭ ਤੋਂ ਪਹਿਲਾਂ ਤੁਸੀਂ ਪਹੁੰਚਣਾ ਵਾ ਪਸਾਜੀਆ ਦੀ ਗਰਾਸੀਆ, ਜੋ ਕਿ ਸੈਂਟਰ ਆ ਬਾਰਸੀਲੋਨਾ ਦਾ। ਉਸ ਤੋਂ ਬਾਅਦ ਤੁਸੀਂ ਅਗਲਾ ਸਟੇਸ਼ਨ ਉੱਤੋਂ ਜਾਣਾ ਵਾ ਕੈਟੇਲੋਨੀਆ, ਕਿਉਂਕਿ ਕੈਟੇਲੋਨੀਆ ਤੋਂ ਜਿਹੜੀ ਆ ਟ੍ਰੇਨ ਚੱਲਦੀ ਆ, ਜੋ ਕਿ ਤੁਹਾਨੂੰ ਸਿੱਧਾ ਤੀਬਾ ਤਾਬੂ ਦੇ ਬਿਲਕੁਲ ਲਾਗੇ ਲੈ ਕੇ ਜਾਂਦੀ ਆ। ਅਤੇ ਆਹ ਤੁਸੀਂ ਦੇਖ ਸਕਦੇ ਮੈਟਰੋ ਸਟੇਸ਼ਨ ਤੋਂ ਅਸੀਂ ਜਾਂਦੇ ਪਏ ਹਾਂ ਉਸੇ ਸਾਈਡ 'ਤੇ, ਅਤੇ ਅਸੀਂ ਕੈਟੇਲੋਨੀਆ ਖੜ੍ਹੇ ਹੋਏ ਹਾਂ ਇਸ ਟਾਈਮ, ਅਤੇ ਕੈਟੇਲੋਨੀਆ ਤੋਂ ਹੁਣ ਲਵਾਂਗੇ ਅਸੀਂ ਟ੍ਰੇਨ। ਕੈਟਾਲੋਨੀਆ ਤੋਂ ਆਹ ਚੱਲਦੀ ਆ ਟ੍ਰੇਨ ਜਿਹੜੀ, ਮਤਲਬ ਉੱਥੇ ਤੁਹਾਨੂੰ ਲੈ ਕੇ ਜਾਂਦੀ ਆ। ਤਾਂ ਇਹਦਾ ਟਾਈਮ ਲਿਖਿਆ ਹੋਇਆ ਵਾ ਹਰ ਅੱਧੇ ਘੰਟੇ ਬਾਅਦ, ਮਤਲਬ ਇੱਥੋਂ ਤੁਹਾਨੂੰ ਟ੍ਰੇਨ ਮਿਲੇਗੀ, ਅਤੇ 10 ਮਿੰਟ ਵੇਟ ਕਰਦੇ ਇੱਥੇ। ਉੱਥੇ ਜਾ ਕੇ ਤੁਹਾਨੂੰ ਬਾਅਦ 'ਚ ਤੁਹਾਨੂੰ ਬੱਸ ਲੈਣੀ ਪੈਣੀ ਆ, ਅਤੇ ਆਹ ਬਾਹਰ ਨਿਕਲਦੇ ਪਏ ਹਾਂ। ਇੱਥੋਂ ਬਾਹਰ ਨਿਕਲਦੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੱਥੋਂ ਤੁਸੀਂ ਬੱਸ ਲੈ ਸਕਦੇ ਜੇ, ਅਤੇ ਬੱਸ ਲੈ ਕੇ ਅਤੇ ਫਿਰ ਤੁਸੀਂ ਮਤਲਬ ਕੇਬਲ ਕਾਰ ਜਿੱਥੋਂ ਚੱਲਦੀ ਆ ਉੱਥੇ ਜਾਣਾ ਹੁੰਦਾ ਵਾ। ਅਤੇ ਆਹ ਵਾਲਾ ਸਟੇਸ਼ਨ ਇੱਥੇ ਪਹੁੰਚ ਗਏ ਅਸੀਂ। ਅਤੇ ਇੱਥੇ ਬਿਲਕੁਲ ਨਾਲ ਜਦੋਂ ਨਿਕਲੋਗੇ ਬਾਹਰ ਤੁਸੀਂ, ਅਤੇ ਥੋੜ੍ਹੀ ਦੂਰ ਹੀ ਤੁਹਾਨੂੰ ਬੱਸ ਮਿਲੇਗੀ, ਅਤੇ ਆਹ ਵਾਲੀ ਬੱਸ ਆ। ਅਤੇ ਇੱਥੇ ਮਤਲਬ ਤੁਸੀਂ ਡਰਾਈਵਰ ਨੂੰ ਪੁੱਛ ਵੀ ਸਕਦੇ ਜੇ ਅਗਰ ਤੁਸੀਂ ਕਨਫਰਮ ਕਰਨਾ। ਅਤੇ ਇਸੇ ਬੱਸ ਦੇ ਥਰੂ ਤੁਸੀਂ ਮਤਲਬ ਮੇਨ ਜਗ੍ਹਾ 'ਤੇ ਪਹੁੰਚ ਜਾਓਗੇ ਜਿੱਥੋਂ ਮਤਲਬ ਕੇਬਲ ਕਾਰ ਚੱਲਦੀ ਆ, ਅਤੇ ਉੱਥੋਂ ਤੁਸੀਂ ਟਿਕਟ ਬਾਏ ਕਰਕੇ ਕੇਬਲ ਕਾਰ ਵਾਲੀ, ਅਤੇ ਫਿਰ ਤੁਸੀਂ ਚੱਲ ਜਾਣਾ ਵਾ ਉੱਪਰ ਜਿਹੜੀ ਮਤਲਬ ਹਾਈਟ ਦੇ ਉੱਪਰ ਉਹ ਕੈਸਲ ਬਣੀ ਹੋਈ ਆ। ਇੱਥੇ ਪਹੁੰਚ ਗਏ ਅਸੀਂ, ਅਤੇ ਇੱਥੋਂ ਜਾਂਦੇ ਪਏ ਹਾਂ ਅਸੀਂ ਅੰਦਰ। ਆਹ ਤੁਸੀਂ ਦੇਖ ਸਕਦੇ ਰਿਵਰਸ ਕੀਤੀ ਹੋਈ ਆ ਵੀਡੀਓ ਤੁਹਾਡੇ ਵਾਸਤੇ, ਤੁਸੀਂ ਆਨੰਦ ਲਓ। ਤਾਂ ਫਾਈਨਲੀ ਕੇਬਲ ਕਾਰ ਲੈ ਕੇ ਜਾਂਦੇ ਪਏ ਹਾਂ ਉੱਪਰ। ਅਤੇ ਇੱਥੇ ਮਤਲਬ ਇੱਕ ਪੂਰਾ ਇੱਦਾਂ ਫੈਸਟ ਵਾਲਾ ਮਾਹੌਲ ਬਣਾਇਆ ਹੁੰਦਾ ਹੈ ਨਾ, ਅਤੇ ਸਿਟੀ ਪੂਰੀ ਨਜ਼ਰ ਆਉਂਦੀ ਆ ਬਾਰਸੀਲੋਨਾ। ਤਾਂ ਤੁਸੀਂ ਦੇਖ ਸਕਦੇ ਜੇ ਆਹ ਫਸਟ ਵਿਊ ਆ ਜਿੱਥੇ ਪਹੁੰਚਣਾ ਸੀ, ਉਹ ਉੱਪਰ ਕੈਸਲ ਬਣੀ ਹੋਈ ਆ, ਚਰਚ ਵੀ ਕਹਿੰਦੇ ਜਿਹਨੂੰ। ਇੱਥੇ ਪਿਕਨਿਕ ਵਾਸਤੇ ਬਹੁਤ ਹੀ ਜ਼ਿਆਦਾ ਸਕੂਲਸ ਦੇ ਬੱਚੇ ਆਉਂਦੇ ਆ, ਤਾਂ ਇੱਧਰ ਤੁਹਾਨੂੰ ਦੂਜੀ ਸਾਈਡ 'ਤੇ ਜਾ ਕੇ ਦਿਖਾਉਂਦੇ ਹਾਂ ਪੂਰਾ ਵਿਊ ਜਿਹੜਾ ਨਜ਼ਰ ਆਉਂਦਾ ਇੱਥੋਂ। ਬਾਕੀ ਇੱਥੇ ਫੰਕਸ਼ਨ ਦਾ ਪੂਰਾ ਇੰਤਜ਼ਾਮ ਕੀਤਾ ਹੁੰਦਾ, ਤਾਂ ਤੁਸੀਂ ਦੇਖ ਸਕਦੇ ਅਗਰ ਤੁਸੀਂ ਮਤਲਬ ਖਾਣਾ ਪੀਣਾ ਵੀ ਆ ਕੁਛ, ਉਹ ਵੀ ਇੱਥੋਂ ਖਾ ਸਕਦੇ ਜੇ। ਮਤਲਬ ਓਵਰਆਲ ਇੱਕ ਬਹੁਤ ਹੀ ਵਧੀਆ ਡੈਸਟੀਨੇਸ਼ਨ ਆ। ਅਗਰ ਤੁਸੀਂ ਸਿਟੀ ਸੈਂਟਰ 'ਚ ਰਹਿੰਦੇ ਬਾਰਸੀਲੋਨਾ, ਤੁਹਾਨੂੰ ਮਤਲਬ ਆਲਮੋਸਟ 45 ਮਿੰਟਸ ਲੱਗ ਜਾਣਗੇ ਇੱਥੋਂ ਤੱਕ ਪਹੁੰਚਣ ਵਾਸਤੇ। ਅਤੇ ਬਹੁਤ ਹੀ ਜ਼ਿਆਦਾ ਹਾਈਟ 'ਤੇ ਆ, ਹਾਈਕਿੰਗ ਕਰਕੇ ਵੀ ਆ ਸਕਦੇ ਜੇ, ਅਤੇ ਇੱਕ ਬੱਸ ਵੀ ਆਉਂਦੀ ਆ ਉੱਪਰ। ਬਟ ਕੇਬਲ ਕਾਰ ਵਾਲਾ ਜਿਹੜਾ ਆਪਸ਼ਨ ਆ ਉਹ ਬਹੁਤ ਵਧੀਆ ਵਾ, ਕਿਉਂਕਿ ਉਹਦੇ ਨਾਲ ਤੁਹਾਨੂੰ ਵਧੀਆ ਵਧੀਆ ਵਿਊ ਜਿਹੜਾ ਰਸਤੇ 'ਚ ਨਜ਼ਰ ਆਏਗਾ। ਤਾਂ ਫਾਈਨਲੀ ਤੁਸੀਂ ਟੋਪ ਤੋਂ ਵਿਊ ਦੇਖ ਸਕਦੇ ਜੇ, ਬਹੁਤ ਹੀ ਜ਼ਿਆਦਾ ਬਿਊਟੀਫੁੱਲ ਆ। ਤਾਂ ਨੀਚੇ ਮਤਲਬ ਝੂਲੇ ਲੱਗੇ ਹੋਏ ਆ, ਇਸ 'ਤੇ ਮਤਲਬ ਇੰਜੋਏ ਕਰ ਸਕਦੇ ਬੱਚੇ ਅਗਰ ਤੁਸੀਂ ਆਪਣੀ ਫੈਮਿਲੀ ਦੇ ਨਾਲ ਆਉਂਦੇ ਜੇ।
ਬਾਕੀ ਉੱਪਰ ਹਾਈਟ 'ਤੇ ਜਾ ਕੇ ਤੁਹਾਨੂੰ ਉਹ ਮੇਨ ਜਿਹੜੀ ਚਰਚ ਬਣੀ ਹੋਈ ਆ ਉਹ ਵੀ ਦਿਖਾਵਾਂਗੇ ਅਤੇ ਬਹੁਤ ਹੀ ਜ਼ਿਆਦਾ ਬਿਊਟੀਫੁੱਲ ਹੈ। ਆਰਕੀਟੈਕਚਰ ਡਿਜ਼ਾਇਨ ਜਿਹੜੇ ਬਾਰਸੀਲੋਨਾ ਦੇ ਬਹੁਤ ਹੀ ਪਿਆਰੇ ਆ, ਬਹੁਤ ਹੀ ਯੂਨੀਕ ਆ, ਜਿਨ੍ਹਾਂ ਕਰਕੇ ਲੋਕ ਮਤਲਬ ਜ਼ਿਆਦਾ ਵਿਜ਼ਿਟ ਕਰਦੇ ਆ ਬਾਰਸੀਲੋਨਾ ਅਤੇ ਸਪੇਨ। ਇੱਧਰ ਤੁਸੀਂ ਸਾਈਡ ਵਿਊ ਵੀ ਦੇਖ ਸਕਦੇ ਜੇ। ਜਿਹੜੀ ਟਿਕਟ ਆ ਉਹ ਹੈਗੀ ਆ 20 €, ਪਰ ਪਰਸਨ। ਜਿੰਨੀ ਦੇਰ ਮਰਜ਼ੀ ਤੁਸੀਂ ਇੱਥੇ ਮਤਲਬ ਘੁੰਮ ਫਿਰ ਕੇ ਆਰਾਮ ਨਾਲ ਨੀਚੇ ਜਾ ਸਕਦੇ ਜੇ। ਅਤੇ ਬਾਕੀ ਤੁਸੀਂ ਦੇਖ ਸਕਦੇ ਜੇ ਬੱਚੇ ਘੁੰਮ ਰਹੇ ਆ, ਪਿਕਨਿਕ ਮਨਾਉਣ ਆਏ ਹੋਏ ਇੱਥੇ। ਆਹ ਅਜੀਬ ਜਿਹਾ ਝੂਲਾ ਦੇਖਿਆ ਮੈਂ ਇੱਕ, ਮਤਲਬ ਬਹੁਤ ਹੀ ਰਿਸਕੀ ਜਿਹਾ ਲੱਗਾ ਮੈਨੂੰ ਤਾਂ। ਬਾਕੀ ਤੁਸੀਂ ਇੱਥੇ ਲੈਣੀ ਰਾਈਡ ਤਾਂ ਲੈ ਸਕਦੇ ਜੇ, ਮੈਨੂੰ ਤਾਂ ਥੋੜ੍ਹਾ ਖਤਰਨਾਕ ਹੀ ਲੱਗਾ। ਅਤੇ ਜਦੋਂ ਤੁਸੀਂ ਮਤਲਬ ਇੱਥੇ ਆਉਣਾ ਵਾ ਤਾਂ ਤੁਸੀਂ ਮੈਟਰੋ ਵਾਲਾ ਕਾਰਡ ਜਿਹੜਾ ਉਹ ਬੱਸ 'ਚ ਲੱਗਣਾ ਤੁਹਾਡਾ, ਅਤੇ ਬੱਸ ਨੇ ਵੀ ਤੁਹਾਨੂੰ ਮਤਲਬ ਉਸੇ ਕਾਰਡ ਦੇ ਥਰੂ ਹੀ ਇੱਥੇ ਪਹੁੰਚਾ ਦੇਣਾ। ਅਤੇ ਬਟ ਜਦੋਂ ਕੇਬਲ ਕਾਰ 'ਚ ਤੁਸੀਂ ਬੈਠਣਾ ਵਾ ਉਹ ਤੁਹਾਨੂੰ ਅਲੱਗ ਟਿਕਟ ਜਿਹੜੀ ਉਹ ਬਾਏ ਕਰਨੀ ਪੈਣੀ ਆ। ਜਦੋਂ ਟਿਕਟ ਤੁਸੀਂ ਉਹ ਬਾਏ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਮਤਲਬ ਉਹੀ ਟਿਕਟ ਜਾਂਦੇ ਸਮੇਂ ਤੁਸੀਂ ਬੱਸ ਵਾਲੇ ਨੂੰ ਦਿਖਾ ਕੇ ਅਤੇ ਬੱਸ ਵਿੱਚ ਬੈਠ ਸਕਦੇ ਜੀ। ਆਹ ਦੇਖੋ ਛੋਟੇ ਛੋਟੇ ਬੱਚੇ ਆਏ ਹੋਏ ਸਕੂਲ ਦੇ, ਇੱਕੋ ਤਰ੍ਹਾਂ ਦੀ ਯੂਨੀਫੋਰਮ ਪਾਈ ਹੋਈ ਆ। ਇਹਨਾਂ ਨੂੰ ਸਪੈਸ਼ਲੀ ਇੱਥੇ ਮਤਲਬ ਘੁੰਮਾਉਣ ਫਿਰਾਉਣ ਵਾਸਤੇ ਲਿਆਉਂਦੇ ਆ। ਅੱਗੇ ਜਾਵਾਂਗੇ ਤਾਂ ਅੱਗੇ ਹੋਰ ਵੀ ਜ਼ਿਆਦਾ ਤੁਹਾਨੂੰ ਬੱਚੇ ਨਜ਼ਰ ਆਉਣਗੇ, ਅਲੱਗ ਅਲੱਗ ਸਕੂਲਸ ਤੋਂ ਇੱਥੇ ਮਤਲਬ ਬੱਚੇ ਆਉਂਦੇ ਆ। ਉੱਪਰ ਵਾਲੀ ਸਾਈਡ ਨੂੰ ਜਾਂਦੇ ਪਏ ਹਾਂ ਤਾਂ ਸਾਹਮਣੇ ਬੱਚਿਆਂ ਨੂੰ ਕ੍ਰੋਸ ਕਰਦੇ ਹੋਏ ਉੱਪਰ ਜਾ ਸਕਦੇ ਤੁਸੀਂ। ਉੱਪਰ ਜਾ ਕੇ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ। ਡਰੋਨ ਸ਼ੂਟ ਜਿਹੜਾ ਇੱਥੇ ਕੀਤਾ ਹੋਇਆ ਅਸੀਂ ਉਹ ਦੇਖ ਸਕਦੇ ਜੇ। ਉਹਦੇ ਵਿੱਚ ਜਿਹੜੀ ਆ ਬਿਲਡਿੰਗ ਆ ਹੋਰ ਵੀ ਜ਼ਿਆਦਾ ਪਿਆਰੀ ਲੱਗਦੀ ਆ। ਅਤੇ ਇੱਥੋਂ ਥੋੜ੍ਹੇ ਜਿਹੇ ਸਟੈਪ ਲੈ ਕੇ ਤੁਸੀਂ ਉੱਪਰ ਜਾ ਸਕਦੇ ਜੇ। ਉੱਪਰ ਜਾ ਕੇ ਤੁਸੀਂ ਅਗਰ ਬਿਲਕੁਲ ਟੋਪ 'ਤੇ ਜਾਣਾ ਤਾਂ ਤੁਹਾਨੂੰ ਮਤਲਬ 5 € ਪੇ ਕਰਨੇ ਪੈਣਗੇ, ਉਹਨਾਂ ਲਿਫਟ ਲਗਾਈ ਹੋਈ ਅੰਦਰ ਚਰਚ ਦੇ। ਤਾਂ ਫਾਈਨਲੀ ਉੱਪਰ ਪਹੁੰਚ ਚੁੱਕੇ ਹਾਂ। ਇੱਥੋਂ ਵੀ ਤੁਸੀਂ ਦੇਖ ਸਕਦੇ ਵਿਊ ਬਹੁਤ ਹੀ ਜ਼ਿਆਦਾ ਪਿਆਰਾ ਦੇ ਰਹੀ। ਇਹਦੀ ਬੈਕ ਸਾਈਡ 'ਤੇ ਵੀ ਇੱਕ ਕੈਫੇ ਬਣਿਆ ਹੋਇਆ, ਉੱਥੇ ਮਤਲਬ ਤੁਸੀਂ ਆਪਣਾ ਲੰਚ ਵਗੈਰਾ ਇੰਜੋਏ ਕਰ ਸਕਦੇ ਹੋ। ਓਵਰਆਲ ਮਤਲਬ ਇਹ ਵੀ ਇੱਕ ਵਧੀਆ ਡੈਸਟੀਨੇਸ਼ਨ ਆ ਅਗਰ ਬਾਰਸੀਲੋਨਾ ਤੁਸੀਂ ਆਉਂਦੇ ਜੇ ਇਹਦੇ। ਜਦੋਂ ਅਸੀਂ ਨੀਚੇ ਆਏ ਹਾਂ ਤਾਂ ਨੀਚੇ ਫੋਟੋ ਸ਼ੂਟ ਹੁੰਦਾ ਪਿਆ ਸੀ ਬੱਚਿਆਂ ਦਾ, ਸਕੂਲ ਦਾ ਲੱਗਦਾ ਆਖਰੀ ਦਿਨ ਹੀ ਸ਼ਾਇਦ ਜਾਂ ਕੋਈ ਯਾਦਗਾਰ ਦਿਨ ਹੋਏਗਾ। ਉਹ ਇੱਥੇ ਆ ਕੇ ਸੈਲੀਬ੍ਰੇਟ ਕਰਦੇ ਪਏ ਆ, ਕਾਫੀ ਫੰਕਸ਼ਨ ਕਰਦੇ ਪਏ, ਉਹ ਵੀ ਤੁਸੀਂ ਦੇਖ ਸਕਦੇ ਜੇ। ਬਾਕੀ ਦੱਸਿਓ ਕਿਵੇਂ ਦਾ ਲੱਗਾ ਵੀ ਲੋਗ, ਅਤੇ ਜਾਂਦੇ ਜਾਂਦੇ ਤੁਹਾਨੂੰ ਮਤਲਬ ਟਾਈਮ ਲੈਪਸ ਨਾਲ ਜਿਹੜੀ ਬਣਾਈ ਹੋਈ ਵੀਡੀਓ ਆ ਕੇਬਲ ਕਾਰ ਦੀ ਉਹ ਵੀ ਦਿਖਾਉਂਦੇ ਹਾਂ। ਬਾਕੀ ਲਾਈਕ ਅਤੇ ਕਮੈਂਟ ਸਭ ਸ਼ੇਅਰ ਕਰ ਦਿਓ, ਅਤੇ ਨੀਚੇ ਆ ਕੇ ਤੁਹਾਨੂੰ ਆਹ ਦਿਖਾਉਂਦੇ ਹਾਂ। ਇੱਥੋਂ ਤੁਸੀਂ ਟਿਕਟਸ ਬਾਏ ਕਰਨੀਆਂ ਵਾ ਜਾਣ ਲੱਗੇ ਹਾਂ। ਥੈਂਕ ਯੂ ਜੀ।